subscribe our channel for latest updates. ਸਾਡੇ ਸਮਾਜ 'ਚ ਰੂੜੀਵਾਦੀ ਸੋਚ ਦੇ ਅੰਸ਼ ਅਜੇ ਵੀ ਸਰੀਰਕ ਤੌਰ ਤੇ ਪੀੜ੍ਹੀ ਦਰ ਪੀੜ੍ਹੀ ਚੱਲਦੇ ਜਾ ਰਹੇ ਨੇ ਤੇ ਆਧੁਨਿਕ ਜ਼ਮਾਨੇ 'ਚ ਲੋਕ ਔਰਤਾਂ ਦੇ ਪ੍ਰਤੀ ਰੂੜੀਵਾਦੀ ਸੋਚ ਨੂੰ ਭਾਵੇਂ ਖਤਮ ਕਰਨ ਦੀਆਂ ਗੱਲਾਂ ਕਰਦੇ ਨੇ ਪਰ ਤਾਂ ਵੀ ਇਹ ਗੱਲਾਂ ਕਿਤੇ ਨਾ ਕਿਤੇ ਅਧੂਰੀਆਂ ਹੀ ਜਾਪਦੀਆਂ ਨੇ। ਇਸ ਸਭ ਦੇ ਬਾਵਜੂਦ ਤਸੱਲੀ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਹੁਣ ਸਮਾਜ ਦੀਆਂ ਔਰਤਾਂ ਸਮਾਜ ਦੀ ਰੂੜੀਵਾਦੀ ਸੋਚ ਨੂੰ ਤੋੜਦੇ ਹੋਏ ਅੱਗੇ ਵੱਧ ਰਹੀਆਂ ਨੇ ਤੇ ਸਮਾਜ ਲਈ ਇੱਕ ਪ੍ਰੇਰਣਾ ਦਾ ਸਰੋਤ ਬਣ ਰਹੀਆਂ ਨੇ ਕਿ ਔਰਤਾਂ ਹਰ ਕੰਮ ਕਰ ਸਕਦੀਆਂ ਨੇ। ਅੱਜ ਪੂਰੇ ਦੇਸ਼ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਤੇ ਪਟਿਆਲੇ 'ਚ ਵੂਮੈਨਸ ਡੇ ਦੇ ਮੌਕੇ ਤੇ ਸਾਡੇ ਪੱਤਰਕਾਰਾਂ ਨੇ ਦੋ ਅਜਿਹੀਆਂ ਮਹਿਲਾਵਾਂ ਨਾਲ ਗੱਲ ਕੀਤੀ ਹੈ ਜੋ ਦੂਜੇ ਲੋਕਾਂ ਲਈ ਪ੍ਰੇਰਣਾ ਬਣ ਕੇ ਉਭਰੀਆਂ ਨੇ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸ਼ਾਲੂ ਦੀ, ਜੋ ਪਟਿਆਲੇ ਦੀ ਪੰਜਾਬੀ ਯੂਨੀਵਰਸਿਟੀ 'ਚ ਆਟੋ ਚਲਾ ਕੇ ਆਪਣੇ ਘਰ ਦਾ ਖਰਚ ਪੂਰਾ ਕਰ ਰਹੀ ਹੈ। ਸ਼ਾਲੂ ਨੇ ਦੱਸਿਆ ਕਿ ਉਸਦੇ ਘਰ ਦੀ ਮਾਲੀ ਹਾਲਤ ਠੀਕ ਨਹੀਂ ਹੈ ਤੇ ਉਸਦੇ ਮਾਤਾ ਪਿਤਾ ਵੀ ਮਜ਼ਦੂਰੀ ਕਰਦੇ ਨੇ, ਜਿਸ ਤੋਂ ਬਾਅਦ ਉਸਨੇ ਖੁਦ ਕੰਮ ਕਰਨ ਦਾ ਸੋਚਿਆ ਤੇ ਉੱਥੇ ਹੀ ਉਹ ਆਪਣੀ ਇਸ ਮਿਹਨਤ ਦੀ ਕਮਾਈ ਦੇ ਨਾਲ ਆਪਣੀ ਛੱਡੀ ਹੋਈ ਪੜ੍ਹਾਈ ਨੂੰ ਵੀ ਦੁਬਾਰਾ ਸ਼ੁਰੂ ਕਰੇਗੀ। ਸਰ, ਸਾਨੂੰ 15 ਕੁ ਦਿਨ ਹੋ ਗਏ ਜਿਹਦੇ ਆਟੋ ਚਲਾਉਂਦੇ ਹੋਏ ਤੇ ਦਿੱਕਤ ਤਾਂ ਕੋਈ ਨਹੀਂ ਹੈਗੀ ਜੀ, ਉਰੇ ਬਹੁਤ ਵਧੀਆ ਜੀ, ਸੇਫਟੀ ਹੈ ਜੀ ਉਰੇ। ਕੀ ਪਾਉਣਾ ਚਾਹੁੰਦੇ ਹੋ, ਕਿਸ ਮਜਬੂਰੀ 'ਚ ਤੁਸੀਂ ਜਿਹੜਾ ਪੈਸਾ ਕਿੰਨਾ ਕਮਾ ਲੈਂਦੇ ਹੋ, ਉਹ ਪੈਸਾ ਕਿੱਥੇ ਯੂਜ਼ ਕਰਦੇ ਹੋ ਸਾਰਾ? ਸਰ, ਮੈਂ ਜੀ ਇੱਥੇ ਲੋਕਾਂ ਦੀ ਸੋਚ ਹੈ ਜੀ, ਜਿਵੇਂ ਕਿ ਕੁੜੀਆਂ ਦੀ ਸੋਚ, ਲੋਕ ਸੋਚਦੇ ਵੀ ਸਾਡੇ ਉੱਪਰ ਕੁੜੀਆਂ ਬੋਝ ਨੇ। ਕੁੜੀਆਂ ਹੁਣ ਆਪਣੇ ਆਪ ਕੋਈ ਕਿਸੇ 'ਤੇ ਬੋਝ ਨਹੀਂ ਹੈ ਜੀ, ਕੁਛ ਆਪ ਕਰਕੇ ਕੁਛ ਆਪਣੇ ਲਈ ਕੁਛ ਵੀ ਬਣ ਸਕਦੀਆਂ, ਆਪਣੀ ਸਟੱਡੀ ਕਰ ਸਕਦੀਆਂ। ਮੈਂ ਵੀ ਸਟੱਡੀ, ਮੇਰੀ 9th ਪਾਸ ਹੈ ਅਤੇ ਮੈਂ ਹੁਣ ਅੱਗੇ ਸਟੱਡੀ ਕਰਨਾ ਚਾਹੁੰਦੀ ਹਾਂ ਜੀ। ਨਸ਼ੇ ਵਗੈਰਾ ਜੀ, ਇਹਨਾਂ ਦੀ ਮਤਲਬ ਕਿ ਬਹੁਤ ਕੁਛ ਹੋ ਰਿਹਾ ਜੀ ਆਪਣੇ ਪੰਜਾਬ 'ਚ, ਹੁਣ ਲੋਕਾਂ ਦੀ ਸੋਚ ਹੈ ਜੀ ਉਹ ਬਦਲ ਜੂਗੀ ਜੀ ਇਹਦੇ ਨਾਲ। ਨਹੀਂ, ਵਧੀਆ ਲੱਗ ਰਿਹਾ, ਇੱਕ ਕੁੜੀ ਕੰਮ ਕਰ ਰਹੀ ਹੈ, ਆਪਣੀ ਮਿਹਨਤ ਦੇ ਨਾਲ ਕੋਈ ਵੀ ਕੰਮ ਕਰਨਾ ਮਾੜਾ ਨਹੀਂ ਹੁੰਦਾ ਅਤੇ ਅੱਜ ਦੇ ਹਾਲਾਤਾਂ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਨੇ, ਮੁੰਡਿਆਂ ਦੇ ਨਾਲ ਆਟੋ 'ਤੇ ਜਾਣਾ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਉਹ ਨਸ਼ੇ ਕਰਦੇ ਨੇ ਅਤੇ ਇਸ ਲਈ ਡਰ ਲੱਗ ਰਿਹਾ, ਪਰ ਸਾਨੂੰ ਆਪਣੇ ਆਪ ਨੂੰ ਅਸੀਂ ਸੇਫ ਮਹਿਸੂਸ ਕਰ ਰਹੇ ਇਹਦੇ ਨਾਲ ਅਤੇ ਵਧੀਆ ਲੱਗ ਰਿਹਾ ਸਾਨੂੰ ਕਿ ਕੁੜੀ ਮਿਹਨਤ ਕਰਕੇ ਆਪਣੀ ਪੜ੍ਹਾਈ ਵੀ ਅੱਗੇ ਚਲਾ ਰਹੀ ਹੈ ਅਤੇ ਆਪਣਾ ਕੰਮ ਵੀ ਕਰ ਰਹੀ ਹੈ ਅਤੇ ਸਾਨੂੰ ਵੀ ਵਧੀਆ ਲੱਗ ਰਿਹਾ। ਅੱਜ ਕੱਲ੍ਹ ਬਹੁਤ ਹੀ ਵਧੀਆ ਲੱਗ ਰਿਹਾ ਹੈ ਕਿ ਕੁੜੀਆਂ ਹਰੇਕ ਕਹਿੰਦੇ ਉਹਦੇ ਵਿੱਚ ਅੱਗੇ ਜਾ ਰਹੀਆਂ ਨੇ ਖੇਤਰ ਦੇ ਵਿੱਚ, ਕਹਿੰਦੇ ਕੋਈ ਵੀ ਉਹ ਲਾ ਲਓ ਸਟੱਡੀ ਤੋਂ ਲੈ ਕੇ ਕੋਈ ਵੀ ਵਰਕ ਤੱਕ ਲਗਾ ਲਓ, ਹਰੇਕ ਹੀ ਅੱਗੇ ਕਹਿੰਦੇ ਕੁੜੀਆਂ ਹੀ ਆ ਰਹੀਆਂ ਹਨ। ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਕੁੜੀਆਂ ਅੱਜ ਕੱਲ੍ਹ ਕਹਿੰਦੇ ਆਟੋ ਵਗੈਰਾ ਚਲਾ ਕੇ ਵੀ ਆਪਣੇ ਘਰ ਲਈ ਉਹ ਕਰ ਰਹੀਆਂ, ਆਪਣੇ ਘਰਦਿਆਂ ਨੂੰ ਕਹਿੰਦੇ ਪ੍ਰੋਪਰਲੀ ਸਪੋਰਟ ਕਰ ਰਹੀਆਂ ਨੇਗੀਆਂ। ਹਾਂਜੀ, ਬਹੁਤ ਹੀ ਵਧੀਆ ਲੱਗਦਾ ਹੈ ਕਿ ਜਿਵੇਂ ਅੱਜ ਕੱਲ੍ਹ ਦੀ ਜਨਰੇਸ਼ਨ ਹੈ ਜੋ ਕਿ ਨਸ਼ਿਆਂ ਵਿੱਚ ਪਈ ਹੋਈ ਹੈ, ਤਾਂ ਉਹਨਾਂ ਨਾਲ ਬਿਲਕੁਲ ਹੀ ਗਰਲਸ ਸੇਫਟੀ ਨਹੀਂ ਆਪਣੀ ਉਹ ਕਰਦੀਆਂ, ਵੀ ਜੋ ਗਰਲ ਹੈ ਗਰਲ ਨਾਲ ਬਹੁਤ ਹੀ ਸੇਫਟੀ ਮਹਿਸੂਸ ਕਰਦੀਆਂ। ਦੂਜੇ ਪਾਸੇ ਪਟਿਆਲੇ 'ਚ ਆਟੋ ਰਿਕਸ਼ਾ ਚਲਾ ਕੇ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਘਰ ਪਰਿਵਾਰ ਚਲਾਉਣ ਵਾਲੀ ਪਿੰਕੀ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ 'ਚ 3 ਬੇਟੀਆਂ ਅਤੇ 1 ਬੇਟਾ ਹੈ। ਘਰ 'ਚ ਗਰੀਬੀ ਅਤੇ ਜ਼ਿੰਦਗੀ 'ਚ ਬੱਚਿਆਂ ਦੇ ਉਜਵਲ ਭਵਿੱਖ ਦੇ ਲਈ ਉਹਨਾਂ ਨੂੰ ਪੈਸਿਆਂ ਦੀ ਜ਼ਰੂਰਤ ਹੈ ਤੇ ਉਹ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਖਰਚ ਚਲਾ ਰਹੀ ਹੈ। ਵੂਮੈਨਸ ਡੇ ਦੇ ਮੌਕੇ ਤੇ ਚੈਨਲ ਪੰਜਾਬ ਇਹਨਾਂ ਮਿਹਨਤੀ ਔਰਤਾਂ ਦੇ ਜਜ਼ਬੇ ਨੂੰ ਸਲਾਮ ਕਰਦਾ ਹੈ। ਮੈਂ ਆਟੋ ਚਲਾਤੀ ਹੂੰ 1 ਸਾਲ ਸੇ, ਮੇਰੇ 4 ਬੱਚੇ ਹੈ, 3 ਬੇਟੀ ਹੈ, 1 ਬੇਟਾ ਹੈ। ਘਰ ਕੀ ਮਜ਼ਬੂਰੀਆਂ, ਜਿਤਨੀ ਜੋ ਵੀ ਕੁਛ ਲਗਾ ਲਓ, ਘਰ ਵਾਲਾ ਵੀ ਕੰਮ ਕਰਤਾ, ਹਮਾਰੀ ਇਤਨੀ ਮਜ਼ਬੂਰੀ ਜੋ ਹਮ ਆਪਣੇ ਪੈਰੋਂ ਪੇ ਖੜੇ ਹੋਏ ਹੈ। ਠੀਕ ਹੈ, ਵੀ ਆਪਣੇ ਬੱਚੋਂ ਕਾ ਅੱਗੇ ਕੁਛ ਬੜਾਣੇ ਕੇ ਲੀਏ, ਕੁਛ ਵੀ ਹਮਾਰੇ ਬੱਚੇ ਹਮਾਰੀ ਤਰ੍ਹਾਂ ਅਨਪੜ੍ਹ ਨਾ ਰਹੇ, ਇਸੀ ਕਰਕੇ ਵੀ ਹਮ ਆਟੋ ਚਲਾਉਣੇ ਕਾ ਇਹ ਉਠਾਇਆ, ਵੀ ਹਮ ਵੀ ਅੱਗੇ ਬੜ ਸਕੇ, ਜਾਂ ਬਈ ਕਮਜ਼ੋਰ ਨਾ ਰਹੇ ਕਭੀ। ਠੀਕ ਹੈ ਨਾ, ਸੁਬਹੇ ਉੱਠਦੇ ਹੈ, ਬੱਚੋਂ ਕੋ ਤਿਆਰ ਕਰਕੇ ਸਕੂਲ ਭੇਜ ਦਿੱਤੇ ਹੈ, ਉਸਕੇ ਬਾਅਦ 8:30 ਹਮ ਗੱਡੀ ਲੈ ਕੇ ਆਤੇ ਹੈ, ਉਸਕੇ ਬਾਅਦ ਚਲਾ ਕੇ 1 ਵਜੇ ਫਿਰ ਘਰ ਜਾਤੇ ਹੈ। ਦਿੱਕਤ ਆਤੀ ਹੈ ਬਸ ਆਟੋ ਵਾਲੇ ਜੋ ਬਸ ਥੋੜ੍ਹਾ ਸਾ ਪਰੇਸ਼ਾਨ ਕਰਤਾ ਵੀ ਸਵਾਰੀ ਨਹੀਂ ਉਠਾਣੀ, ਹਮੇ ਆਟੋ ਵਾਲੋ ਸੀ ਦਿੱਕਤ, ਔਰ ਹਮੇ ਕੋਈ ਦਿੱਕਤ ਨਹੀਂ ਹੈ। ਪੂਰਾ ਦਿਨ ਤੋਂ ਅੱਛਾ ਹੀ ਰਹਤਾ ਹੈ, ਜੈਸੇ ਗਰਲਸ ਵਗੈਰਾ ਹੈ ਮੇਰੇ ਕੋਲ ਸਪੋਰਟ ਦਿੱਤੀ ਹੈ ਬਹੁਤ, ਲੇਡੀਜ਼ ਵੀ ਹੈ, ਕੋਈ ਬੂੜੀ ਵੀ ਹੈ, ਸਭ ਆਸ਼ੀਰਵਾਦ ਵਗੈਰਾ ਵੀ ਦਿੱਤੇ ਹੈ,
उसमें जो 400 बन जाए 300 बन जाए अपना कमाई लेती हूँ मैं इतना 400-500 रुपये। मैं लड़कियों को या आजकल की लेडीज़ को ये मैसेज देना चाहती हूँ कि आजकल जैसे कोई रोज़गार नहीं है, रोज़गार है अगर अपने आपको सोचे तो सब कुछ है काम करने के लिए। जैसे मैं अब काम कर रही हूँ, ऑटो चला रहे हैं, ठीक है ना, इसमें अगर लेडीज़ चाहे तो सब कुछ काम कर सकते हैं, कोई भी काम छोटा बड़ा नहीं है। पटियाला तो अमरजीत सिंह की रिपोर्ट, चैनल पंजाब न्यूज़।